ਜਗਰਾਉਂ ਦੇ ਕੋਠੇ ਸ਼ੇਰਗੰਜ 'ਚ ਬੀਤੀ ਰਾਤ ਇੱਕ ਵਿਅਕਤੀ ਦਾ ਘਰ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਜਸਵੀਰ ਸਿੰਘ ਪੁੱਤਰ ਨਾਰ ਸਿੰਘ ਦੇ ਰੂਪ 'ਚ ਹੋਈ ਹੈ। ਜਸਵੀਰ ਸਿੰਘ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਵਿੰਨ ਕੇ ਮਾਰਿਆ ਗਿਆ। ਵਾਰਦਾਤ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਮ੍ਰਿਤਕ ਦੇ 8 ਸਾਲ ਦੇ ਬੱਚੇ ਨੇ ਘਰ ਦਾ ਦਰਵਾਜ਼ਾ ਖੋਲ੍ਹ ਕੇ ਗੁਆਂਢੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਸੀਂ ਮੌਕੇ 'ਤੇ ਪਹੁੰਚੇ, ਡੈਡ ਬੋਡੀ ਐਗਜ਼ਾਮਿਨ ਕੀਤੀ ਹੈ, ਫੋਰੈਂਸਿਕ ਕ੍ਰਾਈਮ ਟੀਮ ਆ ਗਈ ਹੈ ਸਾਡੀ, ਅਤੇ ਅਸੀਂ ਅੱਗੇ ਦੀ ਕਾਰਵਾਈ ਜਿਹੜੀ ਹੈ ਆਪਾਂ ਪਰਚਾ ਦਰਜ ਕਰਕੇ ਅਤੇ ਅੱਗੇ ਦੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ। ਸਰ ਕੁਛ ਪਤਾ ਲੱਗਾ ਕਾਰਨਾਂ ਦਾ ਕੀ ਚੱਕਰ? ਜਿਹੜੀ ਇਨਵੈਸਟੀਗੇਸ਼ਨ ਹੈ ਬਿਲਕੁਲ ਪ੍ਰਾਇਮਰੀ ਸਟੇਜ 'ਤੇ, ਅਤੇ ਅਜੇ ਬਾਰੇ ਡਿਸਕਲੋਜ਼ ਨਹੀਂ ਕਰ ਸਕਦੇ, ਸਾਨੂੰ ਕੁਛ ਪਤਾ, ਅਤੇ ਕੋਈ ਗੱਲ ਨਹੀਂ, ਜਲਦੀ ਜਦੋਂ ਕਲੀਅਰ ਹੋਏਗਾ ਤੁਹਾਨੂੰ ਸਾਰਾ ਦੱਸ। ਜਿਹੜੀ ਇਹਦੀ ਵਾਈਫ ਆ ਜੀ, ਉਹਦੇ ਕੋਈ ਪਹਿਲਾਂ ਮੁੱਢਲੇ ਤੌਰ 'ਤੇ ਕੋਈ ਹੱਥ ਬੰਨੇ ਵਗੈਰਾ ਵੀ ਕੋਈ ਆ ਜਿਵੇਂ ਪਿੰਡ 'ਚ ਗੱਲ ਕਰਦੇ? ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ, ਤੁਹਾਨੂੰ ਸਾਰਾ ਡਿਟੇਲ ਕਰ ਦਾਂਗੇ ਬਾਅਦ 'ਚ। ਖੋਲ੍ਹ ਕੇ ਦੱਸਿਆ, ਫਿਰ ਅਸੀਂ ਆਣ ਕੇ ਦੇਖਿਆ, ਉਹਦੇ ਬਾਅਦ ਅਸੀਂ ਪੁਲਿਸ ਨੇ ਫੋਨ ਕੀਤਾ, ਪੁਲਿਸ ਅਫਸਰ ਸਾਹਿਬ ਆ ਕੇ ਉਹਨਾਂ ਨੇ ਮੌਕਾ ਦੇਖਿਆ ਅਤੇ ਮੇਰੀ ਨੂੰ ਹੋਸਪਿਟਲ 'ਚ ਦਾਖਲ ਕਰਾਇਆ। ਨਹੀਂ, ਇਸ ਤੋਂ ਬਾਅਦ ਤੁਹਾਨੂੰ ਮੈਂ ਦੱਸਾਂ, ਹੁਣ ਵੀ ਹੱਥ ਵੀ ਬੰਨੇ ਸੀਗੇ ਲੇਡੀ ਦੇ? ਅਸੀਂ ਨਹੀਂ ਦੇਖਿਆ ਜੀ, ਅਤੇ ਮੈਂ ਉਹਨਾਂ ਨੂੰ ਜਾਣਦੀ ਜਾਂ ਕੁਛ ਉਹ ਤਾਂ ਮੈਂ ਉਹਨਾਂ ਦੱਸਣਾ ਨਹੀਂ, ਮੈਨੂੰ ਕੀ ਪਤਾ ਕੌਣ ਸੀ, ਕੀ ਉਹਨਾਂ ਦੇ ਫੇਸ ਬੰਨੇ ਹੋਏ ਸੀ, ਕੁਛ ਨਹੀਂ ਪਤਾ। ਕਿੰਨੇ ਜਾਣੇ ਸੀ? ਬਾਹਰੋਂ ਆਇਆ ਸੀ ਕੋਈ? ਤਿੰਨ ਚਾਰ ਜਾਣੇ ਸੀ। ਤਿੰਨ ਚਾਰ ਜਾਣੇ? ਹਾਂਜੀ। ਕੀ ਹੋਇਆ, ਉਹਨੇ ਕੋਈ ਲੁੱਟ ਖੋਹ ਕੇ ਕੀਤੀ ਜਾਂ ਕੀ ਤੁਹਾਡੇ? ਉਹ ਨਹੀਂ ਤਾਂ ਘਰ ਪਤਾ ਲੱਗੂਗਾ ਮੇਰੇ ਕੀ ਹੋਇਆ, ਇਹ ਕੀ ਤੁਹਾਨੂੰ ਕੀ ਸਿਰ ਦੇ ਵਿੱਚ ਮਾਰਿਆ ਉਹਨਾਂ ਨੇ ਪਹਿਲਾਂ? ਜੀ ਪਤਾ ਨਹੀਂ, ਅੱਛਾ ਮੈਨੂੰ ਨਹੀਂ ਪਤਾ ਲੱਗਿਆ ਉਹ ਕੀ ਹੋਇਆ ਕੀ ਨਹੀਂ। ਤੁਸੀਂ ਬੇਹੋਸ਼ ਹੋ ਗਏ? ਬੇਹੋਸ਼ ਹੋ ਗਿਆ, ਉਹਨਾਂ ਨੇ ਮੈਨੂੰ ਚੇਅਰ 'ਤੇ ਬੰਨ੍ਹਤਾ। ਅੱਛਾ ਜੀ, ਠੀਕ ਹੈ। ਤਾਂ ਉਹ ਮੇਰਾ ਬੇਟਾ ਪਿਆ ਸੀਗਾ ਕੋਲ, ਮੈਨੂੰ ਇਹ ਕਹਿੰਦੇ ਆ ਕਿ ਤੇਰੇ ਉਹਨੂੰ ਮਤਲਬ ਬੱਚੇ ਨੂੰ ਮਾਰ ਦਾਂਗੇ, ਜਿਹੜਾ ਕੁਛ ਹੈਗਾ ਦੇ ਦਿਓ ਕਰ ਦਿਓ। ਤਾਂ ਮੈਂ ਕੁਛ ਵੀ ਮੈਂ ਕੀ ਦੱਸਦੀ ਵੀ ਉਹਨਾਂ ਨੂੰ ਮੇਰੇ ਕੋਲ ਕੀ ਹੈਗਾ ਕੀ ਨਹੀਂ ਹੈ। ਅੱਛਾ ਜੀ, ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਮੇਰੇ ਹਸਬੈਂਡ ਨੂੰ ਪਹਿਲਾਂ ਮਾਰਿਆ ਜਾਂ ਬਾਅਦ 'ਚ ਮਾਰਿਆ, ਕਿਉਂਕਿ ਨੀਂਦ ਦੀ ਗੋਲੀ ਮੇਰੀ ਵੀ, ਮੈਂ ਵੀ ਨੀਂਦ ਦੀ ਗੋਲੀ ਖਾਂਦੀ ਖਾਂਦੇ ਆ, ਜਦੋਂ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ। ਬਿਊਰੋ ਰਿਪੋਰਟ, ਆਵਾਜ਼ੀ ਕੌਮ ਟੀਵੀ।